ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਅੰਦਰ ਨੌਵੇਂ ਪਾਤਸ਼ਾਹ ਧਰਮ ਰੱਖਿਅਕ ਸ਼ਹੀਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਮਹਾਰਾਜ ਦੇ ਗੁਰਗੱਦੀ ਦਰਬਾਰਾਂ ਅੰਦਰ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਦਰਸ਼ਨ ਦਿਦਾਰੇ ਸੇਵਾਵਾਂ ਕਰਕੇ ਲਾਹ ਪ੍ਰਾਪਤ ਕਰ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਜੋ ਆਪਾਂ ਨੂੰ ਮਹਾਰਾਜ ਦੀ ਸੰਗਤ ਦੇ ਜੁੜ ਮਿਲਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਪਾਵਨ ਬਾਣੀ ਦੇ ਪਾਠ ਜਾਪ ਸਰਵਣ ਕੀਤੇ ਹਨ। ਇਲਾਹੀ ਬਾਣੀ ਦਾ ਕੀਰਤਨ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਪਾਤਸ਼ਾਹ ਦੀ ਪਾਵਨ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਮਹਾਰਾਜ ਜੀ ਸਾਨੂੰ ਸਮਾਂ ਬਖਸ਼ ਰਹੇ ਨੇ। ਆਓ ਪਵਿੱਤਰ ਗੁਰਬਾਣੀ ਦਾ ਉਪਦੇਸ਼ ਸਰਵਣ ਕਰੀਏ। ਲਵਾਓ ਹਾਜ਼ਰੀ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕਤ ਪਤਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਰਮ ਪਵਿੱਤਰ ਅੰਗ ਹੈ 476 ਆਸਾ ਰਾਗ। ਆਸਾ ਰਾਗ ਦੇ ਅੰਦਰ ਭਗਤ ਸਾਹਿਬਾਨਾਂ ਦੀ ਬਾਣੀ ਆਪਾਂ ਸਰਵਣ ਕਰ ਰਹੇ ਹਾਂ। ਇਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਮਾਇਆ ਦਾ ਪ੍ਰਭਾਵ ਵਿਖਾਇਆ ਹੈ। ਜੇ ਇਸਤਰੀ ਰੂਪ ਬਣਾ ਕੇ ਮਾਇਆ ਕਬੀਰ ਸਾਹਿਬ ਜੀ ਨੂੰ ਛਲਣ ਵਾਸਤੇ ਆਈ ਤੇ ਇਹ ਦੱਸਿਆ ਹੈ ਵੀ ਪਰਮੇਸ਼ਰ ਦੇ ਭਗਤ ਭਾਵੇਂ ਮਾਇਆ ਦੇ ਵੱਸ ਨਹੀਂ ਆਉਂਦੇ ਪਰ ਸਾਰੇ ਜਗਤ ਨੂੰ ਮਾਇਆ ਨੇ ਆਪਣੇ ਵੱਸ ਕੀਤਾ ਹੋਇਆ। ਜੇ ਇਹ ਗੱਲ ਸਮਝਾਉਣ ਦੇ ਲਈ ਸੰਪਰਦਾਇ ਵਿੱਚ ਇੱਕ ਸਾਖੀ ਸੁਣਾਈ ਜਾਂਦੀ ਹੈ ਵੀ ਵਿਸ਼ਨੂੰ ਤੇ ਲਕਸ਼ਮੀ ਦਾ ਸੰਵਾਦ ਹੋਇਆ। ਵਿਸ਼ਨੂੰ ਕਹੇ ਰੱਬ ਦੇ ਭਗਤ ਮਹਾਨ ਨੇ, ਮਾਇਆ ਕਰੇ ਵੀ ਮੇਰੇ ਭਗਤ ਮਹਾਨ ਨੇ। ਕਹਿੰਦੇ ਵੇਖ ਲੈਂਦੇ ਹਾਂ, ਪਹਿਲਾਂ ਤਾਂ ਲਕਸ਼ਮੀ ਦੇ ਭਗਤ ਵੇਖਣ ਵਾਸਤੇ ਸੰਤ ਰੂਪ ਦੇ ਵਿੱਚ ਸਾਧੂ ਬਣ ਕੇ ਆਏ। ਇੱਕ ਨਗਰ ਚ ਸ਼ਾਹੂਕਾਰ ਸੀ, ਸ਼ਾਹੂਕਾਰ ਨੂੰ ਆ ਕੇ ਮਿਲੇ
ਸ਼ਾਹੂਕਾਰ ਨੇ ਵੀ ਸੰਤ ਜਾਣ ਕੇ ਬੜਾ ਸਤਿਕਾਰ ਕੀਤਾ। ਕਹਿਣ ਲੱਗੇ ਮਹਾਤਮਾ ਜੀ ਕੀ ਤੁਹਾਡੀ ਸੇਵਾ ਕਰੀਏ? ਤੇ ਸੰਤ ਕਹਿੰਦੇ ਵੀ ਅਸੀਂ ਕੁਝ ਸਮਾਂ ਇੱਥੇ ਰੁਕਣਾ ਚਾਹੁੰਦੇ ਹਾਂ। ਚੁਬਾਰੇ ਬਣੇ ਸੀ ਬਾਬਾ, ਕਹਿੰਦੇ ਜੀ ਜਿੰਨਾ ਚਿਰ ਮਰਜੇ। ਸੰਤ ਕਹਿਣ ਲੱਗੇ ਵੀ ਏਦਾਂ ਹੈ ਵੀ ਅਸੀਂ ਰੁਕ ਤਾਂ ਜਾਂਦੇ ਹਾਂ, ਪਰ ਸਾਨੂੰ ਜਾਣ ਵਾਸਤੇ ਨਾ ਕਿਉਂ ਜਾਵਾਂਗੇ ਅਸੀਂ ਆਪਣੀ ਮਰਜ਼ੀ ਨਾਲ। ਕਹਿੰਦੇ ਭਾਵੇਂ ਸਾਰੀ ਉਮਰ ਰਹੋ ਜੀ, ਸੰਤ ਜੀ ਤੁਹਾਡੇ ਬਣਾਏ ਤੁਹਾਡੇ ਬਖਸ਼ੇ ਚੁਬਾਰੇ ਨੇ। ਸ਼ਾਹੂਕਾਰ ਨੇ ਇੱਕ ਚੁਬਾਰੇ ਦੇ ਵਿੱਚ ਸੰਤਾਂ ਦਾ ਉਤਾਰਾ ਕਰਾ ਤਾ, ਉਹਨਾਂ ਦੇ ਸ਼ਕਣ ਛੁਕਾਉਣ ਦੇ ਵਾਸਤੇ ਚੌਲ ਵੀ ਦੇ ਤੇ। ਮਹਾਤਮਾ ਨੇ ਧਰ ਕੇ ਤੇ ਚੌਲ ਤਿਆਰ ਵੀ ਕਰਨ ਲੱਗ ਪਏ। ਉਧਰ ਲਕਸ਼ਮੀ ਇੱਕ ਰਾਣੀ ਦਾ ਰੂਪ ਬਣਾ ਕੇ ਆਈ, ਚੰਗੇ ਗਹਿਣੇ ਪਾਏ, ਸੋਹਣਾ ਲਿਬਾਸ, ਤੇ ਸ਼ਾਹੂਕਾਰ ਦੀ ਹੱਟੀ ਅੱਗੇ ਆ ਕੇ ਖੜੋ ਕੇ ਹੱਥ ਖੜਾ ਕਰਤਾ। ਸ਼ਾਹੂਕਾਰ ਨੇ ਜਾਣਿਆ ਵੀ ਕੋਈ ਰਾਣੀ ਹੈ। ਕਹਿੰਦੇ ਜੀ ਕੋਈ ਸੇਵਾ ਦੱਸੋ, ਕੋਈ ਬੋਲੀ ਨਾ ਕੋ ਲਕਸ਼ਮੀ। ਫਿਰ ਮਾਇਆ ਨੂੰ ਕਹਿੰਦਾ ਜੋ ਰਾਣੀ ਰੂਪ ਵਿੱਚ ਆਈ ਸੀ ਵੀ ਕੋਈ ਸੇਵਾ ਦੱਸੋ। ਕਹਿੰਦੇ ਹਾਂ ਵੀ ਪਾਣੀ ਪਿਆ ਦੇ। ਪਾਣੀ ਲੈ ਕੇ ਆਏ ਤੇ ਕਹਿੰਦੇ ਵੀ ਇਹ ਤਾਂ ਪਿੱਤਲ ਦੇ ਭਾਂਡੇ 'ਚ ਮੈਂ ਨਹੀਂ ਪੀਂਦੀ, ਮੈਂ ਤਾਂ ਸੋਨੇ ਦੇ ਭਾਂਡੇ 'ਚ ਪੀਂਦੀ ਹੈ। ਕਹਿੰਦੇ ਜੀ ਸੋਨੇ ਦਾ ਭਾਂਡਾ ਕਹਿੰਦੇ ਮੇਰੇ ਕੋਲ ਹੈਗਾ। ਉਹ ਪਾਣੀ ਸੋਨੇ ਦੇ ਭਾਂਡੇ 'ਚ ਪਾਇਆ, ਉਸ ਰਾਣੀ ਬਣ ਆਈ ਲਕਸ਼ਮੀ ਮਾਇਆ ਨੇ ਪਾਣੀ ਪੀਤਾ ਤੇ ਭਾਂਡਾ ਉੱਥੇ ਸੁੱਟਤਾ। ਸ਼ਾਹੂਕਾਰ ਕਹਿਣ ਲੱਗਾ ਜੀ ਆਹ ਤੁਹਾਡਾ ਸੋਨੇ ਦਾ ਬਰਤਨ, ਇਹ ਤੁਸੀਂ ਸਾਂਭ ਲਓ, ਗਵਾਚ ਜੂਗਾ। ਤਾਂ ਰਾਣੀ ਬਣ ਕੇ ਆਈ ਮਾਇਆ, ਕਹਿੰਦੀ ਨਾ, ਜਿਹੜੇ ਭਾਂਡੇ ਨੂੰ ਮੈਂ ਇੱਕ ਵਾਰ ਖਾ ਲਾਂ ਫਿਰ ਉਸ ਭਾਂਡੇ ਨੂੰ ਮੈਂ ਨਹੀਂ ਅੰਗੀਕਾਰ ਕਰਦੀ। ਸ਼ਾਹੂਕਾਰ ਨੇ ਸੋਚਿਆ ਵੀ ਜੇ ਕਦੇ ਇਹ ਥੋੜ੍ਹਾ ਜਿਹਾ ਸਮਾਂ ਘਰ 'ਚ ਠਹਿਰ ਜੇ, ਕੋਈ ਰਸੋਈ ਆਪਣੀ ਤਿਆਰ ਕਰ ਲਏ ਤੇ ਅਸੀਂ ਤਾਂ ਕਹਿੰਦਾ ਵੀ ਹੋਰ ਨਿਹਾਲ ਹੋ ਜਾਵਾਂਗੇ। ਕਹਿਣ ਲੱਗੇ ਜੀ ਤੁਸੀਂ ਆਰਾਮ ਕਰ ਲਓ ਕੁਝ ਸਮਾਂ, ਕੁਝ ਰਸੋਈ ਬਣਾ ਲਓ, ਕੁਝ ਛੱਕ ਲਓ। ਤਾਂ ਰਾਣੀ ਕਹਿੰਦੀ ਵੀ ਠੀਕ ਹੈ, ਰਹਿ ਤਾਂ ਪੈਂਦੇ ਹਾਂ ਪਰ ਜਗ੍ਹਾ ਮੈਨੂੰ ਕੋਈ ਪਸੰਦ ਆਉਣੀ ਚਾਹੀਦੀ ਹੈ। ਕਹਿੰਦੇ ਜੀ ਵਿਖਾ ਦਿੰਦੇ ਹਾਂ। ਉਹ ਸਾਰੇ ਚੁਬਾਰਿਆਂ 'ਚ ਲੈ ਕੇ ਗਿਆ, ਕਹਿੰਦੇ ਇਹ ਵੀ ਨਹੀਂ ਇਹ ਵੀ, ਕਿਉਂਕਿ ਆਉਣਾ ਤਾਂ ਉੱਥੇ ਸੀ ਜਿੱਥੇ ਸੰਤ ਹੈ। ਅਤੇ ਮਾਇਆ ਰਾਣੀ ਰੂਪ ਆ ਕੇ ਜਿੱਥੇ ਸੰਤ ਚੌਲ ਰਿੰਨ ਕੇ ਬੈਠੇ ਸੀ, ਅਜੇ ਰੱਜੇ ਵੀ ਨਹੀਂ ਸਨ, ਉੱਥੇ ਆ ਕੇ ਕਹਿੰਦੀ ਆਹ ਚੁਬਾਰਾ ਪਸੰਦ ਹੈ ਪਰ ਇੱਥੇ ਸੰਤ ਨੇ, ਇੱਥੇ ਮੈਂ ਰਹਿ ਸਕਦੀ ਸਾਂ। ਕਹਿੰਦੇ ਕੋਈ ਨਹੀਂ, ਸੰਤਾਂ ਨੂੰ ਦੂਜੇ ਚੁਬਾਰੇ 'ਚ ਪਾ ਦਿੰਦੇ ਹਾਂ। ਇਹ ਸ਼ਾਹੂਕਾਰ ਕਹਿਣ ਲੱਗਾ ਤੇ ਸੰਤ ਕਹਿੰਦੇ ਤੁਸੀਂ ਪਹਿਲਾਂ ਵਚਨ ਕੀਤਾ ਸੀ ਵੀ ਜਾਵਾਂਗੇ ਆਪਣੀ ਮਰਜ਼ੀ ਨਾਲ। ਉਹ ਸੇਠ ਤਾਂ ਬੋਲਿਆ ਨਾ, ਉਹਦੇ ਨਿਆਣਿਆਂ ਨੇ ਫੜ ਕੇ ਸਾਧੂ ਦਾ ਜੋ ਵੀ ਕੋਈ ਬਸਤਰ ਸੀ ਬਾਹਰ ਸੁੱਟਤਾ ਤੇ ਧੱਕੇ ਮਾਰ ਕੇ ਬਾਹਰ ਕੱਢਿਆ। ਕਹਿੰਦਾ ਤੇਰੇ ਵਰਗੇ ਕਈ ਤੁਰੇ ਫਿਰਦੇ ਆ, ਤੂੰ ਕਿਹੜੇ ਬਾਗ ਦੀ ਮੂਲੀ ਹੈ, ਵੱਡਾ ਸੰਤ ਆਇਆ। ਜਦੋਂ ਬਾਹਰ ਕੱਢਿਆ ਤੇ ਫਿਰ ਲਕਸ਼ਮੀ ਵੀ ਅਲੋਪ ਹੋ ਗਈ। ਮਾਇਆ ਫਿਰ ਹੱਸੀ, ਕਹਿਣ ਲੱਗੀ ਵਿਸ਼ਨੂੰ ਨੂੰ ਵੇਖਿਆ ਮੇਰੇ ਜਿਹੜੇ ਭਗਤ ਹਨ ਉਹ ਕਿੰਨੇ ਮਹਾਨ ਨੇ, ਉਹਨਾਂ ਨੇ ਸੰਤ ਦੀ ਵੀ ਨਰਾਦਰੀ ਕਰ ਦਿੱਤੀ ਤੇ ਇਹ ਹਾਲਾਤ ਵੀ ਹੈ ਸਾਖੀ ਦੇ ਵਿੱਚ। ਭਾਵੇਂ ਸਾਖੀ ਦੇ ਵਚਨ ਜਿਹੜੇ ਹਨ ਇਹ ਸਮਝਾਉਣ ਵਾਸਤੇ ਹੁੰਦੇ ਨੇ ਤੇ ਹਾਲਾਤ ਇਹੀ ਹੈ। ਜਦੋਂ ਕੋਈ ਜਿੱਦਾਂ ਸਾਧੂ ਆਏ ਤੇ ਬੜਾ ਆਦਰ ਕੀਤਾ ਸੇਠ ਨੇ,
ਤੁਹਾਡਾ ਹੀ ਹੈ ਸਭ ਕੁਛ, ਤੇ ਜੇ ਕੋਈ ਮਾਇਆ ਦਾ ਮਾੜਾ ਜਾਂ ਝਲਕਾਰਾ ਵੇਖਣ ਤੇ ਫਿਰ ਕੋਈ ਸੰਤ ਨਹੀਂ, ਫਿਰ ਕੋਈ ਸਾਧੂ ਨਹੀਂ, ਕੋਈ ਫਿਰ ਰੱਬ ਨਹੀਂ, ਜੇ ਮਾਇਆ ਪਿੱਛੇ ਲੱਗ ਕੇ ਸਾਧੂ ਨੂੰ ਧੱਕੇ ਮਾਰਤੇ ਤੇ ਕਹਿੰਦੇ ਤੈਨੂੰ ਹੁਣ ਆਪਣੇ ਅਸੀਂ ਭਗਤ ਵਿਖਾਈਏ ਪਰਮੇਸ਼ਰ ਦੇ, ਉਹ ਤੂੰ ਤੇ ਇੰਨੇ ਜੀ ਹੱਸਦੀ ਹੈ ਨਾ ਧੱਕਾ ਮਰਾ ਕੇ ਵੀ ਧੱਕਾ ਮਰਵਾ ਤਾ, ਪਰਮੇਸ਼ਰ ਦੇ ਭਗਤ ਤੋਂ ਵੀ ਮਹਾਨ ਨੇ, ਤੇ ਲਕਸ਼ਮੀ ਕਹਿੰਦੀ ਮੈਂ ਉਹਨਾਂ ਨੂੰ ਵੀ ਛੱਲ ਲਾਂਗੀ। ਕਹਿੰਦੇ ਤੂੰ ਜਾ ਤੇ ਸਹੀ। ਕਹਿੰਦੇ ਕਿਹੜੇ ਭਗਤ ਕੋ ਜਾਵਾਂ? ਕਹਿੰਦੇ ਕਬੀਰ ਸਾਹਿਬ ਹੈ ਕਾਂਛੀ ਚ ਰਹਿੰਦੇ ਮੇਰੇ ਭਗਤ, ਉਹਨਾਂ ਦੇ ਪਾਸ ਜਾ। ਤੇ ਉਸ ਵੇਲੇ ਫਿਰ ਮਾਇਆ ਭਗਤ ਕਬੀਰ ਸਾਹਿਬ ਜੀ ਦੇ ਪਾਸ ਆਈ, ਤਾਣਾ ਮਾਣਾ ਬਿਣ ਰਹੇ ਸਨ ਤੇ ਆ ਕੇ ਕਹਿਣ ਲੱਗੇ ਵੀ ਪਹਿਲਾਂ ਇਹ ਮੇਰਾ ਵਸਤਰ ਬੁਣ ਦੋ। ਕਬੀਰ ਸਾਹਿਬ ਜੀ ਕਮਾਲੇ ਦੇ ਸਮੇਤ ਕਾਰ ਕਰ ਰਹੇ ਸੀ, ਕਹਿਣ ਲੱਗੇ ਵੀ ਇਹ ਜਿਨ੍ਹਾਂ ਦਾ ਪਹਿਲਾਂ ਆਇਆ ਸੀ ਉਹਨਾਂ ਦਾ ਬੁਣ ਕੇ ਫਿਰ ਤੁਹਾਡਾ ਕਾਰਜ ਕਰ ਦਿਆਂਗੇ। ਕਹਿੰਦੇ ਤੂੰ ਜਿੰਨੀ ਮਜ਼ਦੂਰੀ ਲੈਂਦਾ ਦੁੱਗਣੀ ਲੈ ਲਾ। ਕਬੀਰ ਸਾਹਿਬ ਜੀ ਕਹਿੰਦੇ ਨਹੀਂ ਏਦਾਂ ਨਹੀਂ ਹੋ ਸਕਦਾ। ਫਿਰ ਕਹਿੰਦੇ ਇੰਨੇ ਪੈਸੇ ਲੈ ਲਾ, ਬਹੁਤਾ ਧਨ ਦਾ ਲਾਲਚ ਵਿਖਾਇਆ ਤੇ ਜਿੰਨੇ ਵੀ ਉਹ ਖੱਡੀ ਦੇ ਵਿੱਚ ਕਬੀਰ ਸਾਹਿਬ ਜੀ ਦੇ ਵਸਤਰ ਬੁਣਨ ਵਾਲੇ ਕੋਈ ਸੰਦ ਸਨ ਸਾਰਿਆਂ ਨੂੰ ਸੋਨੇ ਦਾ ਹੀ ਬਣਾ ਤਾ ਵੀ ਮੈਂ ਛੱਲ ਲਾਂਗੀ। ਕਬੀਰ ਸਾਹਿਬ ਜੀ ਨੇ ਅੰਦਰ ਧਿਆਨ ਹੋ ਕੇ ਵੇਖਿਆ ਵੀ ਇਹ ਬੀਬੀ ਕੌਣ ਹੈ। ਜਦੋਂ ਵੇਖਿਆ ਵੀ ਇਹ ਤਾਂ ਮਾਇਆ ਹੀ ਇਸਤਰੀ ਦਾ ਰੂਪ ਬਣਾ ਕੇ ਜੇ ਸਾਨੂੰ ਛਲਣ ਵਾਸਤੇ ਆਈ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਮਾਲਿਆ ਲਿਆ ਸ਼੍ਰੀ ਸ਼੍ਰੀ ਮੰਗਾਈ, ਕਿਉਂਕਿ ਪਤਾ ਸੀ ਵੀ ਇਸਤਰੀ ਬਣ ਕੇ ਆਈ, ਇਸਤਰੀ ਨਹੀਂ ਨਾ, ਇਸਤਰੀ ਦੀ ਨਰਾਦਰੀ ਨਹੀਂ, ਪਰ ਮਾਇਆ ਜਿਹੜੀ ਬਣ ਕੇ ਵਿਖਾਵਾ ਕਰਨ ਵਾਸਤੇ ਆਈ ਸੀ ਉਹਦੀ ਨਰਾਦਰੀ ਕੀਤੀ। ਉਹਦੇ ਨੱਕ ਤੋਂ ਵੀ ਵੱਢਤਾ ਤੇ ਕੰਨਾਂ ਤੋਂ ਵੀ, ਕੰਨ ਵੀ ਵੱਢ ਕੇ ਤੇ ਮੂੰਗਲੀ ਲੈ ਕੇ ਮਾਰ ਕੇ ਧੱਕਾ ਮਾਰ ਕੇ ਵਗਾ ਕੇ ਮਾਰੀ। ਉਸ ਸਮੇਂ ਜਿਹੜੇ ਮਾਇਆ ਦਾ ਵੀ ਕੁਝ ਸੰਵਾਦ ਹੋਇਆ ਸੀ, ਜੇ ਮਾਇਆ ਦਾ ਪ੍ਰਭਾਵ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਮਾਇਆ ਤੂੰ ਸਾਡੇ ਕੋਲ ਕਿਉਂ ਆਈ ਹੈ? ਤੂੰ ਉਹਨਾਂ ਦੇ ਪਾਸ ਜਾ ਜਿਹੜੇ ਤੇਰੀ ਪੂਜਾ ਕਰਦੇ ਨੇ, ਜਿਹੜੇ ਤੈਨੂੰ ਮੰਨਦੇ ਹਨ। ਤਾਂ ਕਹਿਣ ਲੱਗੀ ਮੈਨੂੰ ਕੌਣ ਮੰਨਦੇ ਨੇ? ਤਾਂ ਕਬੀਰ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਦੇ ਵਿੱਚ ਜਿਹੜੇ ਲਕਸ਼ਮੀ ਦੀ ਪੂਜਾ ਕਰਨ ਵਾਲੇ ਕੁਝ ਉਹਨਾਂ ਦਾ ਜ਼ਿਕਰ ਤੇ ਕੁਝ ਜੇ ਸੰਸਾਰ ਨੂੰ ਜਿੱਤਿਆ ਹੈ, ਇਹ ਇਸ ਪਾਵਨ ਬਚਨ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਆਸਾ ਆਸਾ ਰਾਗ ਹੈ ਤੇ ਆਸਾ ਰਾਗ ਦੇ ਵਿੱਚ ਕਿਰਪਾ ਕਰਦੇ ਹਨ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਹੇ ਮਾਇਆ ਤੇਰੀ ਪੂਜਾ ਕਰਦੇ ਹਨ ਵੈਸ਼ਨਵ ਦੱਖਣੀ, ਤੂੰ ਉਹਨਾਂ ਦੇ ਪਾਸ ਜਾ। ਦੋ ਤਰ੍ਹਾਂ ਦੇ ਹਨ ਜਿਹੜੇ ਮਾਇਆ ਦੇ ਉਪਾਸ਼ਕ ਕਹੇ ਨੇ, ਦੋਵਾਂ ਦੇ ਅੰਸ਼ ਵੱਖ ਵੱਖ ਕਰਦੇ ਨੇ। ਇੱਕ ਤਾਂ ਹਨ ਜਿਹੜੇ ਦੱਖਣੀ ਭਗਤ ਕਹਾਉਂਦੇ ਨੇ, ਇੱਕ ਵਾਮ ਮਾਰਗੀਏ ਨੇ। ਪਹਿਲਾਂ ਦੱਖਣੀ ਭਗਤਾਂ ਦਾ ਦੱਸਦੇ ਨੇ ਵੀ ਉਹਨਾਂ ਦੇ ਪਾਸ ਜਾ, ਉਹ ਕੀ ਕਰਦੇ ਆ ਵੀ ਇੱਕ ਤੋਂ ਪੱਤਰ ਭਾਰ ਔਰ ਕੱਟ ਕੁਰ ਕੱਟ, ਇੱਕ ਪੱਤਰ ਪਾਤਰ ਪਾਤਰ ਭਾਵ ਭਾਂਡਾ। ਇਹ ਮਾਇਆ ਇੱਕ ਭਾਂਡੇ ਦੇ ਵਿੱਚ ਨਾ ਤੇਰੀ ਪ੍ਰਾਪਤੀ ਵਾਸਤੇ ਉਹ ਉਰਕਟ ਕਹਿੰਦੇ ਵੀ ਫੁੱਲ ਤੇ ਕੁਰਕਟ ਫਲ ਰੱਖ ਕੇ,
ਇੱਕ ਪੱਤਰ ਭਰ ਪਾਣੀ ਤੇ ਇੱਕ ਦੂਜਾ ਜਿਹੜਾ ਪਾਤਰ ਹੈ ਭਾਂਡਾ ਹੈ ਉਹਦੇ ਵਿੱਚ ਕਿਉੜੇ ਆਦਿਕ ਦਾ ਪਾਣੀ ਭਰ ਕੇ ਰੱਖ ਲੈਂਦੇ ਹਨ ਵੀ ਤੇਰੀ ਸਾਨੂੰ ਪ੍ਰਾਪਤੀ ਹੋਵੇ ਤੇਰੀ ਪੂਜਾ ਵਾਸਤੇ। ਆਸ ਪਾਸ ਤੇ ਫਿਰ ਆਸ ਪਾਸ ਇਕੱਠੇ ਹੋ ਕਰਕੇ ਪੰਜ ਜਾਣੇ ਜੋਗੀਆ ਜੁੜ ਕੇ ਕਹਿੰਦੇ ਵੀ ਬੈਠੇ ਬੈਠ ਜਾਂਦੇ ਹਨ ਜਾਂ ਜਿਹੜੇ ਉਹਨਾਂ ਦੇ ਕੁਝ ਮੁਖੀ ਹੁੰਦੇ ਨੇ ਕੋਈ ਮਹੰਤ ਹੁੰਦਾ ਹੈ ਕੋਈ ਵਡਕਾ ਹੁੰਦਾ ਹੈ ਇਹਦਾ ਪੰਜ ਛੇ ਜਾਣੇ ਕਹਿੰਦੇ ਜੋਗੀਆ ਜੁੜ ਕੇ ਰਲ ਮਿਲ ਕੇ ਇਕੱਠੇ ਹੋ ਕੇ ਤੇਰੀ ਪ੍ਰਾਪਤੀ ਲਈ ਬੈਠ ਜਾਂਦੇ ਹਨ। ਤੇ ਹੇ ਨਕਟ ਨੱਕ ਵੱਢੀਏ ਬ੍ਰਹਮ ਗਿਆਨ ਤੋਂ ਬਿਨਾਂ ਨਾ ਕੱਟੀ ਜਾਣ ਵਾਲੀ ਇਹ ਨਿਰਲਜ ਮਾਇਆ ਤੈਨੂੰ ਰਾਣੀ ਦਾ ਰੂਪ ਬਣਾ ਕੇ ਨਾ ਤੇ ਉਹ ਆਪਣੇ ਵਿੱਚ ਰੱਖ ਲੈਂਦੇ ਨੇ ਤੇ ਫਿਰ ਇਸ ਤਰ੍ਹਾਂ ਉਹ ਤੇਰੀ ਪੂਜਾ ਕਰਦੇ ਹੈ ਉਹ ਤੈਨੂੰ ਪ੍ਰਾਪਤ ਕਰਨਾ ਚਾਹੁੰਦੇ ਤੂੰ ਉਹਨਾਂ ਕੋ ਜਾ ਸਾਡੇ ਕੋ ਕੀ ਲੈਣ ਆਈ ਹੈ ਸਾਨੂੰ ਤਾਂ ਕਬੀਰ ਸਾਹਿਬ ਕਹਿੰਦੇ ਤੇਰੀ ਲੋੜ ਨਹੀਂ ਹੈ ਇਸ ਤਰ੍ਹਾਂ ਉਹਨਾਂ ਦੇ ਪਾਸ ਜਾ। ਤੇ ਦੂਸਰਾ ਹੈ ਵਾਮ ਮਾਰਗੀਏ ਕਿਉਂਕਿ ਸ਼ਾਸਤਰਾਂ 'ਚ ਲਿਖਿਆ ਹੈ ਵੀ ਇੱਕ ਸਰੂਪ ਹੈ ਉਹਦਾ ਅੱਧਾ ਹਿੱਸਾ ਜਿਹੜਾ ਹੈ ਉਹ ਨਰ ਦਾ ਹੈ ਤੇ ਅੱਧਾ ਜਿਹੜਾ ਹੈ ਉਹ ਇਸਤਰੀ ਦਾ ਹੈ ਸੱਜਾ ਪਾਸਾ ਨਰ ਦਾ ਹੈ ਤੇ ਖੱਬਾ ਪਾਸਾ ਇਸਤਰੀ ਦਾ ਹੈ ਜਿਹਨਾਂ ਦਾ ਪਹਿਲਾਂ ਜ਼ਿਕਰ ਆਇਆ ਜਿਹੜੇ ਫਲ ਫੁੱਲ ਰੱਖਦੇ ਪੂਜਦੇ ਨੇ ਉਹ ਮਨੁੱਖ ਦਾ ਹਿੱਸਾ ਜਾਣ ਕੇ ਪੂਜਦੇ ਹੈ ਤੇ ਜਿਹੜੇ ਵਾਮ ਮਾਰਗੀ ਇਹਨਾਂ ਦੀ ਕਿਰਿਆ ਥੋੜ੍ਹੀ ਭੈਰੀ ਹੈ ਇਸਤਰੀ ਦਾ ਰੂਪ ਜਾਣ ਕੇ ਖੱਬੇ ਪਾਸੇ ਨੂੰ ਪੂਜਦੇ ਹਨ। ਤਾਂ ਕਬੀਰ ਸਾਹਿਬ ਜੀ ਕਹਿੰਦੇ ਹਨ ਇੱਕ ਪੱਤਰ ਭਰ ਉਰ ਕੱਟ ਕੁਰ ਕੱਟ ਕਹਿੰਦੇ ਵੀ ਹੇ ਮਾਇਆ ਇੱਕ ਭਾਂਡੇ ਦੇ ਵਿੱਚ ਉਰ ਕੱਟ ਕਹਿੰਦੇ ਵੀ ਉਰ ਨੂੰ ਹਿਰਦੇ ਨੂੰ ਕਾਲਜੇ ਨੂੰ ਕੱਟ ਕੇ ਕਿਹਦੇ ਕੁਰ ਕੱਟ ਕੁੱਕੜ ਦਾ ਜਿਹੜਾ ਮਾਸ ਹੈ ਉਹ ਕੱਟ ਕੇ ਜਿਹੜੇ ਵਾਮ ਮਾਰਗੀਏ ਹਨ ਤੇਰੀ ਪ੍ਰਾਪਤੀ ਵਾਸਤੇ ਉਹ ਇੱਕ ਭਾਂਡੇ ਦੇ ਵਿੱਚ ਕੁੱਕੜ ਦਾ ਮਾਸ ਕੱਟ ਕੇ ਤੇ ਭਰ ਲੈਂਦੇ ਰੱਖ ਲੈਂਦੇ ਹਨ। ਇਹ ਇੱਕ ਤਾਂ ਪੱਤਰ ਭਰ ਪਾਣੀ ਤੇ ਇੱਕ ਜਿਹੜਾ ਭਾਂਡਾ ਹੈ ਉਹਦੇ ਵਿੱਚ ਸ਼ਰਾਬ ਨੂੰ ਭਰ ਲੈਂਦੇ ਨੇ ਇਹ ਕਹਿੰਦੇ ਵੀ ਪਵਿੱਤਰ ਹੁੰਦੀ ਹੈ ਪੂਜਾ ਵਾਸਤੇ ਉਹ ਸ਼ਰਾਬ ਨੂੰ ਹੀ ਵਾਮ ਮਾਰ ਗਈ ਜਿਹੜਾ ਮੁੱਖ ਮੰਨਦੇ ਹਨ ਤੇ ਤੇਰੀ ਪ੍ਰਾਪਤੀ ਵਾਸਤੇ ਇੱਕ ਭਾਂਡੇ 'ਚ ਸ਼ਰਾਬ ਭਰ ਕੇ ਇੱਕ ਭਾਂਡੇ 'ਚ ਮਾਸ ਰੱਖ ਕੇ ਆਸ ਪਾਸ ਪੰਚ ਜੋਗੀਆ ਬੈਠੇ ਤੇ ਆਸ ਪਾਸ ਹੋ ਕੇ ਨੇੜੇ ਤੇੜੇ ਪੰਜ ਛੇ ਜਾਣੇ ਜੁੜ ਕੇ ਰਲ ਕੇ ਮਿਲ ਕੇ ਬੈਠ ਜਾਂਦੇ ਹਨ। ਬੀਚ ਨਕਟ ਦੇ ਰਾਣੀ ਇਹ ਮਾਇਆ ਇਹ ਨੱਕ ਵੱਡੀ ਇਹ ਨਿਰਲਜ ਉਹ ਤੇਰੀ ਮੂਰਤੀ ਦੇ ਤਾਈ ਬਣਾ ਕੇ ਵਿੱਚ ਰੱਖ ਕੇ ਤੇ ਏਦਾਂ ਤੇਰੀ ਪੂਜਾ ਕਰਦੇ ਨੇ ਤੂੰ ਉਹਨਾਂ ਦੇ ਪਾਸ ਜਾ ਸਾਡੇ ਪਾਸ ਕੀ ਕਰਨ ਵਾਸਤੇ ਆਈ ਹੈ। ਇਸ ਤਰ੍ਹਾਂ ਮਾਇਆ ਦੇ ਨਾਲ ਕਬੀਰ ਸਾਹਿਬ ਜੀ ਦਾ ਸੰਵਾਦ ਹੈ ਫਿਰ ਆਰੰਭ ਤੋਂ ਪੜ੍ਹਦੇ ਹੋ ਆਰੰਭ ਤੋਂ ਇੱਕ ਪੱਤਰ ਇੱਕ ਤੋਂ ਪੱਤਰ ਭਰ ਔਰ ਕੱਟ ਕੁਰ ਕੱਟ ਇਹ ਸਰੀਰ ਦੇ ਵਿੱਚ ਵੀ ਸਾਡੇ ਮਾਇਆ ਦਾ ਹੀ ਪ੍ਰਭਾਵ ਖਾਂਦੇ ਨੇ ਵੀ ਸਭ ਸਰੀਰਾਂ 'ਚ ਵੀ ਮਾਇਆ ਹੀ ਵੱਸ ਰਹੀ ਹੈ। ਕਹਿੰਦੇ ਵੀ ਇੱਕ ਤਾਂ ਇੱਕ ਜਿਹੜਾ ਪੱਤਰ ਭਾਂਡਾ ਹੈ ਨਾ ਸਰੀਰ ਰੂਪੀ ਇਹਦੇ ਭਰ ਭਰਿਆ ਪਿਆ ਕਾਹਦੇ ਨਾਲ ਔਰ ਕੱਟ ਕੁਰ ਕੱਟ
ਭਾਵ ਕੂੜ ਕਬਾੜ ਦੇ ਨਾਲ ਕੀ ਮਿੱਝ ਮਾਸ ਲਹੂ ਦੇ ਨਾਲ ਜਿਹੜਾ ਸਥੂਲ ਸਰੀਰ ਰੂਪੀ ਭਾਂਡਾ ਹੈ ਇਹ ਤਾਂ ਕਹਿੰਦੇ ਵੀ ਮਾਸ ਮਿੱਝ ਦੇ ਨਾਲ ਭਰਿਆ ਹੋਇਆ ਹੈ। ਇੱਕ ਜਿਹੜਾ ਪੱਤਰ ਭਾਂਡਾ ਹੈ ਉਹ ਕਿਹੜਾ ਹੈ? ਉਹ ਅੰਤਰੀਮ ਸਾਡਾ ਮਨ, ਮਨ ਰੂਪੀ ਭਾਂਡਾ ਉਹ ਪਾਣੀ ਪਾਣੀ ਦੇ ਨਾਲ ਭਰਿਆ ਹੈ। ਆਪ ਉਹਦੇ ਵਿੱਚ ਸੰਕਲਪ ਤੇ ਵਿਕਲਪ ਉੱਠਦੇ ਨੇ। ਸਰੀਰ ਰੂਪੀ ਭਾਂਡਾ ਹੈ ਇਹ ਮਿੱਝ ਮਾਸ ਲਹੂ ਦੇ ਨਾਲ ਭਰਿਆ, ਦੂਜਾ ਮਨ ਰੂਪੀ ਭਾਂਡਾ ਹੈ ਇਹ ਸੰਕਲਪਾਂ ਵਿਕਲਪਾਂ ਦੇ ਪਾਣੀ ਨਾਲ ਭਰਿਆ ਹੈ। ਮਨ ਦੇ ਵਿੱਚ ਕਦੀ ਟਿਕਾਓ ਹੁੰਦਾ ਹੀ ਨਹੀਂ, ਕੋਈ ਨਾ ਕੋਈ ਸੰਕਲਪ ਵਿਕਲਪ ਉੱਠਦਾ ਹੀ ਰਹਿੰਦਾ ਹੈ। ਇਸ ਮਨ ਦੇ ਆਸ ਪਾਸ ਇਹ ਸੰਕਲਪਾਂ ਵਿਕਲਪਾਂ ਦੇ ਭਰੇ ਮਨ ਰੂਪੀ ਭਾਂਡੇ ਦੇ ਆਸ ਪਾਸ ਪੰਜ ਜੋਗੀਆ ਬੈਠੇ, ਪੰਜ ਜੋਗੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਬੈਠੇ ਨੇ। ਇਹਨਾਂ ਪੰਜਾਂ ਦਾ ਪ੍ਰਭਾਵ ਹੈ ਮਨ ਦੇ ਉੱਤੇ ਤੇ ਉਹਨਾਂ ਪੰਜਾਂ ਦੇ ਵਿੱਚ ਕਹਿੰਦੇ ਮਾਲਕਣ ਬਣ ਕੇ ਜਿਹੜੀ ਨਗਟ ਨਿਰਲੱਜ ਬ੍ਰਹਮ ਗਿਆਨ ਤੋਂ ਬਿਨਾਂ ਨਾ ਕੱਟੀ ਜਾਣ ਵਾਲੀ ਜਿਹੜੀ ਮਾਇਆ ਹੈ ਇਹ ਰਾਣੀ ਬਣ ਕੇ ਬੈਠੀ ਹੈ। ਜਿਹੜੀ ਮਾਇਆ ਇਹ ਹੁਕਮ ਚਲਾਉਂਦੀ ਹੈ ਨਾ, ਰਾਣੀ ਦਾ ਭਾਵ ਹੈ ਹੁਕਮ ਚਲਾਉਣਾ ਤੇ ਰਾਣੀ ਦਾ ਹੁਕਮ ਚੱਲਦਾ ਹੈ, ਮਾਇਆ ਦਾ ਹੁਕਮ ਚੱਲਦਾ ਹੈ। ਕਾਮ ਕ੍ਰੋਧ ਲੋਭ ਹੰਕਾਰ ਇਹਦੇ ਜਿਹੜੇ ਅੱਗੇ ਅਗਵਾਈ ਆਪੂ ਨੇ ਇਹਦਾ ਕੰਮ ਕਰਨ ਵਾਲੇ ਤੇ ਇਸ ਦੇ ਰਾਹੀਂ ਸਾਰੇ ਜੀਵਾਂ ਨੂੰ ਮਾਇਆ ਨੇ ਆਪਣੇ ਕਾਬੂ ਦੇ ਵਿੱਚ ਕੀਤਾ ਹੋਇਆ। ਇਹ ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਨੱਕ ਵੱਡੇ ਵਾਲੀ ਮਾਇਆ ਰਾਣੀ ਵਰਕੇ ਤੂੰ ਸਾਰਿਆਂ ਜੀਵਾਂ ਦੇ ਮਨ ਦੇ ਵਿੱਚ ਵਸੀ ਹੋਈ ਹੈ, ਸਾਰਿਆਂ ਦੇ ਸਰੀਰਾਂ ਦੇ ਵਿੱਚ ਤੂੰ ਵਸੀ ਹੋਈ ਹੈ। ਨਕਟੀ ਕੋਠਨ ਗਨ ਬਾਡਾ ਡੂੰ ਕਹਿੰਦੇ ਵੀ ਇਹ ਜਿਹੜੀ ਨਕਟੀ ਨੱਕ ਕੱਟੀ ਮਾਇਆ ਹੈ, ਹੇ ਮਾਇਆ ਤੇਰਾ ਜਿਹੜਾ ਠਨ ਗਨ ਤੋਂ ਭਾਵ ਡਮਰੂ ਡਮਰੂ ਕਹਿੰਦੇ ਡੂੰ ਦੋਵਾਂ ਲੋਕਾਂ ਦੇ ਵਿੱਚ ਬਾਡਾ ਵੱਜ ਰਿਹਾ ਹੈ। ਭਾਵ ਮਾਇਆ ਦੀ ਜੈ ਜੈਕਾਰ ਹੀ ਹੈ, ਸਭ ਮਾਇਆ ਮਾਇਆ ਹੀ ਕਰਦੇ ਨੇ। ਕਹਿੰਦੇ ਇਹ ਨੱਕ ਕੱਟੀ ਮਾਇਆ ਤੇਰਾ ਵਾਜਾ ਵੱਜ ਰਿਹਾ, ਡਮਰੂ ਵੱਜ ਰਿਹਾ ਦੋਵਾਂ ਲੋਕਾਂ ਦੇ ਵਿੱਚ। ਜਾਂ ਠਨ ਗਨ ਨਾਮ ਆਵਾਜ਼ ਦਾ ਹੈ, ਜਿਵੇਂ ਡਿੱਗੇ ਨਾ ਚਾਂਦੀ ਦਾ ਰੁਪਈਆ ਤੇ ਉਹਦੀ ਜਿਵੇਂ ਆਵਾਜ਼ ਆਉਂਦੀ ਹੈ, ਇਹ ਠਣ ਗਣ ਇਹ ਸਮਝ ਲਓ ਆਵਾਜ਼ ਹੈ। ਇਹ ਨੱਕ ਕੱਟੀ ਮਾਇਆ ਤੇਰਾ ਜਿਹੜਾ ਠਣ ਗਣ ਰੂਪੀ ਜਿਹੜਾ ਵਾਜਾ ਹੈ ਨਾ, ਬਾਡਾ ਡੂੰ ਡੂ ਦੋਵਾਂ ਲੋਕਾਂ ਦੇ ਵਿੱਚ, ਡੂੰ ਦਾ ਅਰਥ ਹੈ ਦੋ ਲੋਕ। ਕਹਿੰਦੇ ਦੋਵਾਂ ਲੋਕਾਂ ਦੇ ਵਿੱਚ ਠਣ ਗਣ ਦੀ ਆਵਾਜ਼ ਵਾਲਾ ਤੇਰਾ ਜਿਹੜਾ ਵਾਜਾ ਵੱਜ ਰਿਹਾ, ਭਾਵ ਸਾਰੇ ਜੀਵ ਜਿਹੜੇ ਹਨ ਉਹ ਮਾਇਆ ਤੇਰੀ ਆਵਾਜ਼ ਸੁਣਨ ਦੇ ਵਾਸਤੇ ਭੱਜੇ ਹੀ ਫਿਰਦੇ ਨੇ। ਤੇਰੇ ਵਾਸਤੇ ਦਲੋ ਦਲ ਰਾਤ ਦਿਨ ਇੱਕ ਕੀਤਾ ਪਿਆ ਹੈ, ਮਾਇਆ ਮਿਲਦੇ ਕਿਸੇ ਰੂਪ ਦੇ, ਜੋ ਰੁਪਈਆਂ ਦਾ ਰੂਪ ਹੋਵੇ, ਅਹੁਦੇ ਦਾ ਰੂਪ ਹੋਵੇ, ਸੁੰਦਰਤਾ ਦਾ ਰੂਪ ਹੋਵੇ, ਵਕਾਰਾਂ ਦਾ ਰੂਪ ਹੋਵੇ, ਇਹ ਸਾਰੇ ਮਾਇਆ ਦੇ ਰੂਪ ਹਨ। ਦੋਵਾਂ ਲੋਕਾਂ ਦੇ ਵਿੱਚ ਇਹ ਨੱਕ ਕੱਟੀ ਮਾਇਆ ਤੇਰਾ ਹੀ ਵਾਜਾ ਵੱਜ ਰਿਹਾ, ਤੇਰਾ ਬੋਲ ਬਾਲਾ ਤੇਰਾ ਹੀ ਪ੍ਰਭਾਵ ਹੈ। ਕਿਸੇ ਵਿਰਲੇ ਬਵੇਕੀ ਗਿਆਨਵਾਨ ਨੇ ਕਾਟੀ ਤੂੰ ਤੈਨੂੰ ਕੱਟਿਆ ਹੈ।
ਬਾਕੀ ਸਾਰਿਆਂ ਨੂੰ ਤੂੰ ਢਾ ਲੈਣੀ ਹੈ, ਕੋਈ ਕੋਈ ਹੈ ਜਿਹਨੇ ਤੈਨੂੰ ਕੱਟਤਾ, ਜਿਹਨੇ ਆਪਣੇ ਉੱਤੇ ਤੇਰਾ ਪ੍ਰਭਾਵ ਨਹੀਂ ਪੈਣ ਦਿੱਤਾ, ਭਾਵ ਜਿਹੜੇ ਮਾਇਆ ਕਰਕੇ ਛਲੇ ਨਹੀਂ ਜਾਂਦੇ, ਉਹੀ ਵਿਵੇਕੀ ਗਿਆਨਵਾਨ ਹਨ। ਵਿਸ਼ਰਾਮ ਦੇ ਕੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਕਬੀਰ ਸਾਹਿਬ ਜੀ ਕਹਿੰਦੇ ਸਾਰਿਆਂ ਜੀਵਾਂ ਦੇ ਵਿੱਚ ਇਹ ਜਿਹੜੀ ਨਕਟੀ ਨੱਕ ਕੱਟੀ ਮਾਇਆ ਹੈ ਨਾ, ਇਹਦਾ ਵਾਸਾ ਹੈ, ਸਭ ਦੇ ਅੰਦਰ ਵਸ ਰਹੀ ਹੈ। ਹਰ ਇੱਕ ਦੇ ਖਿਆਲਾਂ ਤੇ ਅਸਰ ਮਾਇਆ ਦਾ ਹੈ। ਮਾਇਆ ਤੋਂ ਬਿਨਾਂ ਬੰਦਾ ਸੋਚਦਾ ਕੀ ਹੈ? ਹਰ ਇੱਕ ਜੀਵ ਜੋ ਕੁਝ ਵੀ ਸੋਚਦਾ ਏ ਉਹ ਸਾਰਾ ਮਾਇਆ ਵਈ ਹੀ ਸੋਚਦਾ ਹੈ। ਰਾਤ ਦਿਨ ਜੋ ਵੀ ਸਾਨੂੰ ਖਿਆਲ ਆਉਂਦੇ ਨੇ ਉਹ ਮਾਇਆ ਦੇ ਪ੍ਰਭਾਵ ਦੇ ਹੀ ਆਉਂਦੇ ਹਨ। ਤਾਂ ਕਬੀਰ ਸਾਹਿਬ ਜੀ ਕਹਿੰਦੇ ਸਾਰਿਆਂ ਦੇ ਵਿੱਚ ਇਹ ਨੱਕ ਕੱਟੀ ਨਿਰਲੱਜ ਮਾਇਆ ਦਾ ਹੀ ਵਾਸਾ ਹੈ। ਸਗਲ ਮਾਰ ਓ ਹੇਰੀ, ਹੇ ਮਾਇਆ ਤੂੰ ਜਿਹੜੇ ਸਗਲ ਸਾਰੇ ਜੀਵ ਨੇ ਨਾ, ਇਹਨਾਂ ਨੂੰ ਕਹਿੰਦੇ ਵੀ ਆਪਣੇ ਪ੍ਰਭਾਵ ਥੱਲੇ ਲਿਆ ਕੇ ਮਾਰ ਲਿਆ ਹੈ, ਸਭ ਨੱਪੇ ਹੋਏ ਨੇ। ਉਹ ਫਿਰ ਪੁਨਾ ਚੰਗੀ ਤਰ੍ਹਾਂ ਹੇਰੀ ਵੇਖਦੀ ਹੈ ਵੀ ਕੋਈ ਬਚ ਤਾਂ ਨਹੀਂ ਗਿਆ, ਕੋਈ ਮੇਰੇ ਪ੍ਰਭਾਵ ਤੋਂ ਰਹਿਤ ਨਾ ਰਹਿਤ ਨਹੀਂ ਗਿਆ। ਕਹਿੰਦੇ ਸਾਰਿਆਂ ਦੇ ਤਾਈਂ ਤੂੰ ਚੰਗੀ ਤਰ੍ਹਾਂ ਵੇਖਦੀ। ਉਹ ਹੇਰੀ ਤੋਂ ਭਾਵ ਹੈ ਵੀ ਚੰਗੀ ਤਰ੍ਹਾਂ ਵੇਖਣਾ ਵੀ, ਜਾਂ ਉਹ ਹੇਰੀ ਭਾਵ ਪੁਨਾ ਵੇਖਦੀ ਹੈ ਵੀ ਕੋਈ ਬਚਿਆ ਤਾਂ ਨਹੀਂ, ਏਦਾਂ ਸਾਰਿਆਂ ਨੂੰ ਮਾਇਆ ਨੇ ਮਾਰਿਆ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਸਭ ਨੂੰ ਮਾਇਆ ਖਤਮ ਕਰੀ ਫਿਰਦੀ ਹੈ। ਇਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਮਾਇਆ ਜਿਹੜਾ ਤੂੰ ਇਹ ਕਹਿੰਦੀ ਹੈ ਨਾ ਵੀ ਜਿੰਨੇ ਵੀ ਸੰਸਾਰ ਦੇ ਜੀਵ ਹਨ ਸਗਲਿਆ ਕੀ ਹੋ ਬਹਿਣ ਭਾਣਜੀ, ਵੀ ਸਾਰਿਆਂ ਦੀ ਜੀਵਾਂ ਦੀ ਮੈਂ ਤਾਂ ਜਾਂ ਬਹਿਣ ਭੈਣ ਲੱਗਦੀ ਹਾਂ ਅਤੇ ਜਾਂ ਭਾਣਜੀ ਭੈਣ ਦੀ ਜਿਹੜੀ ਕੁੜੀ ਹੁੰਦੀ ਹੈ ਭਾਣਜੀ ਲੱਗਦੀ ਹਾਂ। ਭਾਵ ਜੇ ਭੈਣ ਅਤੇ ਭਾਣਜੀ ਵੱਲ ਕੋਈ ਬੁਰੀ ਨਿਗਾਹ ਨਾਲ ਨਹੀਂ ਤੱਕਦਾ, ਉਹ ਚੰਗਾ ਹੀ ਚਾਹੁੰਦੇ ਆ, ਇੱਦਾਂ ਸਾਰਿਆਂ ਦੀ ਮੈਂ ਭੈਣ ਭਾਣਜੀ ਹੋਈ ਹਾਂ, ਸਾਰੇ ਮੇਰੇ ਵੱਲ ਚੰਗੀ ਨਿਗਾਹ ਰੱਖਦੇ, ਸਭ ਮੇਰੇ ਵੱਲ ਹੀ ਤੱਕਦੇ ਹਨ। ਜਿਹਨੇ ਬਰੀ ਜਿਹਨਾਂ ਨੇ ਬਰੀ ਵਰ ਲਿਆ ਮੈਨੂੰ ਵਿਆਹ ਲਿਆ, ਉਹਨਾਂ ਦੀ ਚੇਰੀ ਦਾਸੀ ਹਾਂ ਮੈਂ ਤੂੰ ਜਿਹੜਾ ਕਹਿੰਦੀ ਹੈ, ਭਾਵ ਵੀ ਜਿਹਨਾਂ ਨੇ ਤੈਨੂੰ ਚੰਗੇ ਪਾਸੇ ਲਾ ਤਾ, ਚੰਗੇ ਪਾਸੇ ਲਾਇਆ ਏ ਸੇਵਾ ਦੇ ਪਰਉਪਕਾਰ ਦੇ ਕਾਰਜਾਂ ਦੇ ਵਿੱਚ, ਉਹਨਾਂ ਦੀ ਤੂੰ ਦਾਸੀ ਹੈ ਕਹਿੰਦੀ, ਅਤੇ ਬਾਕੀ ਸਾਰਿਆਂ ਦੀ ਭੈਣ ਭਾਣਜੀ ਹੈ। ਭੈਣ ਭਾਣਜੀ ਤੋਂ ਇੱਕ ਇਹ ਵੀ ਭਾਵ ਹੈ ਵੀ ਜੇ ਭੈਣ ਵੀ ਆਪਣੀਓ ਲੱਗਦੀ ਹੁੰਦੀ ਹੈ, ਭਾਣਜੀ ਵੀ ਲੱਗਦੀ ਆਪਣੀ ਹੀ ਹੁੰਦੀ ਹੈ, ਪਰ ਹੁੰਦਾ ਪਰਾਏ ਘਰ ਹੀ ਜਾਂਦੀ ਹੈ ਨਾ, ਭੈਣ ਵੀ ਤੁਰ ਜਾਂਦੀ ਹੈ ਦੂਜੇ ਘਰ ਅਤੇ ਭਾਣਜੀ ਵੀ ਦੂਜੇ ਘਰ ਤੁਰ ਜਾਂਦੀ ਹੈ। ਇਵੇਂ ਮਾਇਆ ਲੱਗਦੀ ਸਾਰਿਆਂ ਨੂੰ ਆਪਣੀ ਹੀ ਹੈ, ਪਰ ਕਿਸੇ ਦੀ ਆਪਣੀ ਬਣੀ ਨਹੀਂ ਹੈ। ਅਤੇ ਜਿਹਨੇ ਬਰੀ ਅਤੇ ਸੁਚੇਰੀ ਮਾਇਆ ਮਾਨੋ ਕਬੀਰ ਸਾਹਿਬ ਜੀ ਨੂੰ ਕਹਿ ਰਹੀ ਹੋਵੇ, ਕਬੀਰ ਜੀ ਮੈਂ ਸਾਰਿਆਂ ਦੀ ਭੈਣ ਭਾਣਜੀ ਹਾਂ, ਮੈਂ ਨਹੀਂ ਕਿਸੇ ਦੇ ਕੋਲ ਰਹਿੰਦੀ ਅੱਗੇ ਤੋਂ ਅੱਗੇ ਚਲੇ ਜਾਂਦੀ ਹਾਂ, ਪਰ ਜਿਹਨੇ ਮੈਨੂੰ ਵਰ ਲਿਆ ਨਾ ਵਿਆਹ ਲਿਆ ਉਹਦੀ ਮੈਂ ਚੇਲੀ ਹਾਂ ਦਾਸੀ ਹਾਂ। ਭਾਵ ਵੀ ਤੂੰ ਮੈਨੂੰ ਪ੍ਰਵਾਨ ਕਰ ਲਾ ਅਤੇ ਮੈਂ ਤੇਰੀ ਦਾਸੀ ਬਣਾਂਗੀ। ਇਹ ਤਰ੍ਹਾਂ ਕਬੀਰ ਸਾਹਿਬ ਜੀ ਨੂੰ ਕਿਹਾ ਤਾਂ ਕਬੀਰ ਸਾਹਿਬ ਜੀ ਕਹਿੰਦੇ ਵੀ ਤੂੰ ਮਾਇਆ ਹੈ ਇਸਤਰੀ ਰੂਪ,
ਤੇ ਕਹਿੰਦੇ ਮੈਂ ਵੀ ਇਸਤਰੀ ਰੂਪ ਹੈ, ਇਸਤਰੀ ਜਿਹੜੀ ਹੈ ਉਹ ਇਸਤਰੀ ਨੂੰ ਛਲ ਨਹੀਂ ਸਕਦੀ। ਜਿਹੜਾ ਤੂੰ ਕਹਿੰਦੀ ਆ ਵੀ ਕਬੀਰ ਮੈਂ ਤੈਨੂੰ ਛਲਣ ਵਾਸਤੇ ਆਈ ਹੈ, ਕਹਿੰਦੇ ਇਸਤਰੀ ਇਸਤਰੀ ਨੂੰ ਥੋੜ੍ਹਾ ਛਲ ਸਕਦੀ ਹੈ। ਤਾਂ ਉਹ ਕਹਿਣ ਲੱਗੇ ਵੀ ਤੇ ਤੇਰਾ ਮਾਲਕ ਕਿਹੜਾ ਹੈ, ਤੇਰਾ ਭਰਤਾ ਕਿਹੜਾ ਹੈ ਕਬੀਰ ਜੀ, ਉਹ ਵੀ ਤਾਂ ਦੱਸ ਫੇਰ। ਕਬੀਰ ਸਾਹਿਬ ਜੀ ਕਹਿੰਦੇ ਮਾਇਆ ਜਿਹੜਾ ਸਾਡਾ ਭਰਤਾ ਹੈ ਨਾ, ਪਤੀ ਮਾਲਕ ਹੈ, ਉਹ ਬੜਾ ਵੱਡਾ ਵਿਵੇਕੀ ਗਿਆਨਵਾਨ ਹੈ। ਉਹ ਆਪ ਹੀ ਜਿਹੜਾ ਸਾਡਾ ਮਾਲਕ ਪਰਮੇਸ਼ਰ ਹੈ, ਉਹ ਰਾਮਾ ਨਾਂ ਦੇ ਆਦਿਕ ਜਾਂ ਹੋਰ ਜਿਹੜੇ ਨਾਮ ਜਪਣ ਵਾਲੇ ਸੰਤ ਰੂਪ ਵੀ ਉਹ ਆਪ ਹੀ ਕਹਾਉਂਦਾ, ਆਪ ਆਪਣੇ ਆਪ ਨੂੰ ਸ਼ਾਂਤ ਰੂਪ ਵੀ ਕਹਾਉਂਦਾ ਹੈ। ਉਹ ਜੋ ਸਾਡਾ ਭਰਤਾ ਪਰਮੇਸ਼ਰ ਪਤੀ ਹੈ, ਕਬੀਰ ਜੀ ਕਹਿੰਦੇ ਸਾਡੇ ਮੱਥੇ ਤੇ ਕਾਇਮ ਹੈ, ਭਾਵ ਸਾਡੇ ਅੰਤਕਰਨ ਰੂਪੀ ਮਸਤਕ ਦੇ ਵਿੱਚ ਸਦਾ ਹੀ ਹਾਜ਼ਰ ਨਾਜ਼ਰ ਹੈ। ਇਸ ਕਰਕੇ ਮਾਇਆ ਹੋਰ ਕੋਈ ਦੂਜਾ ਸਾਡੇ ਨਿਕਟ ਨੇੜੇ ਨਹੀਂ ਆਵੇ ਆ ਸਕਦਾ, ਭਾਵ ਮੈਂ ਉਸ ਮਾਲਕ ਪਤੀ ਪਰਮੇਸ਼ਰ ਨੂੰ ਆਪਣਾ ਸਿਰ ਦਾ ਸਾਈ ਬਣਾਇਆ ਤੇ ਮੈਂ ਉਹਦੀ ਦਾਸੀਆਂ ਦੇ ਇਹ ਦੱਸ ਵੀ ਤੂੰ ਹੀ ਔਰਤ ਹੈ ਮੈਂ ਵੀ ਔਰਤ ਹਾਂ, ਫਿਰ ਤੂੰ ਮੈਨੂੰ ਕਿਵੇਂ ਛੱਲ ਸਕਦੀ ਹੈ, ਨਹੀਂ ਛੱਲ ਸਕਦੀ। ਇਹ ਤਾਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਦੱਸਿਆ ਵੀ ਤੂੰ ਹੋਰ ਤੇ ਸਾਰਿਆਂ ਨੂੰ ਭਾਵੇਂ ਛੱਲਦੀ ਹੋਵੇ ਪਰ ਮੈਨੂੰ ਨਹੀਂ ਛੱਲ ਸਕਦੀ, ਕਿਉਂਕਿ ਮੇਰਾ ਹੀ ਸਿਰ ਦੇ ਉੱਤੇ ਮੇਰਾ ਮਾਲਕ ਵਾਹਿਗੁਰੂ ਹੈ। ਤੇ ਭਾਵ ਇਹ ਹੈ ਵੀ ਜਿਹੜੇ ਤਾਂ ਪਤੀ ਪਰਮੇਸ਼ਰ ਅਕਾਲ ਪੁਰਖ ਨੂੰ ਆਪਣਾ ਮੰਨਦੇ ਨੇ ਨਾ, ਉਹਨਾਂ ਦੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਪਰ ਜਿਹੜੇ ਉੱਤੋਂ ਉੱਤੋਂ ਉਪਰਾ ਉਪਰਾ ਜਿਹਾ ਕਹਿੰਦੇ ਤੇ ਸਾਰੇ ਹੀ ਆ ਵੀ ਅਰਦਾਸ ਕਰ ਦੋ ਨਾਮ ਦਾਨ ਮਿਲ ਜੇ, ਜਦੋਂ ਮਾੜੀ ਜੀ ਕੋਈ ਪਰਖ ਹੁੰਦੀ ਲੋੜ ਪੈਂਦੀ ਹੈ ਤੇ ਸਾਰੇ ਭੱਜਦੇ ਮਾਇਆ ਵੱਲ ਨਹੀਂ ਹੈ, ਕਹਿੰਦੇ ਕੋਈ ਸ਼ਬਦ ਦੱਸੋ ਜਿਹੜਾ ਜਾਪ ਕਰਕੇ ਮਾਇਆ ਆਵੇ, ਕਹਿੰਦੇ ਰੁਪਈਏ ਬਣਨ ਕੰਮ ਚੱਲੇ ਇਹੋ ਜਿਹਾ ਹੀ ਪੁੱਛਦੇ ਫਿਰਦੇ ਆ ਸਾਰੇ। ਅਰਦਾਸ ਫਿਰ ਇਹੋ ਹੀ ਹੁੰਦੀ ਆ ਵੀ ਸਾਡਾ ਵੀ ਕੰਮ ਹੋ ਜੇ ਉਹ ਵੀ ਹੋ ਜੇ, ਤਾਂ ਹੀ ਉਹ ਤਾਂ ਅਰਦਾਸ ਕਹਿੰਦੇ ਨੇ ਹੱਠੀਆਂ ਜਪੀਆਂ ਤਪੀਆਂ, ਹੱਠ ਬੜਾ ਕਰਨਾ ਪੈਂਦਾ ਮਾਇਆ ਦੇ ਵਾਸਤੇ, ਇਹਦੇ ਪ੍ਰਭਾਵ ਤੋਂ ਬਚਣ ਦੇ ਲਈ ਹੱਠੀ ਬਣਨਾ ਪੈਂਦਾ ਏ। ਵੀ ਜਿੰਨੀਆਂ ਮਰਜ਼ੀ ਪਰਖਾਂ ਆਉਣ ਦੇ, ਕਬੀਰ ਸਾਹਿਬ ਜੀ ਨੂੰ ਕਈ ਵਾਰ ਪਰਖਣ ਆਈ ਪਰ ਉਹ ਆਪਣੇ ਹੱਠ ਤੇ ਕਾਇਮ ਰਹੇ, ਉਹ ਆਪ ਸ਼ਗਨ ਛਕਾਉਣ ਵਾਸਤੇ ਵੀ ਕੁਝ ਨਹੀਂ ਸੀ ਹੁੰਦਾ, ਸਾਧੂਆਂ ਨੂੰ ਭੋਜਨ ਛਕਾਉਣਾ ਤੇ ਆਪ ਦਾਣਿਆਂ ਦਾ ਹੀ ਫੱਕਾ ਮਾਰਨਾ, ਉਹਨਾਂ ਨੂੰ ਚੰਗੇ ਆਸਣ ਤੇ ਪਾਉਣਾ ਤੇ ਆਪ ਕਬੀਰ ਸਾਹਿਬ ਹੋਣਾ ਨੇ ਇੱਦਾਂ ਹੀ ਸੌਂ ਜਾਣਾ, ਪਰ ਫੇਰ ਵੀ ਕਦੀ ਡੋਲੇ ਨਹੀਂ। ਭਗਤ ਰਵਿਦਾਸ ਸਾਹਿਬ ਮਹਾਰਾਜ ਦੇ ਕੋਲ ਪਰਖ ਕਰਨ ਵਾਸਤੇ ਪਰਮੇਸ਼ਰ ਨੇ ਭੇਜੀ ਇੱਕ ਪਾਰਸ ਦੀ ਵੱਡੀ, ਤੇ ਇਹ ਤੂੰ ਰੱਖ ਲੈ ਤੇ ਇਹਦੇ ਨਾਲ ਲੋਹਾ ਸੋਹ ਕੇ ਸੋਨਾ ਸੋਨਾ ਬਣ ਜਾਂਦਾ, ਕਹਿੰਦੇ ਜੀ ਇੱਥੇ ਰੱਖ ਜੋ ਛੰਨ 'ਚ ਰੱਖ ਕੇ। ਸਾਧੂ ਚਲੇ ਗਏ, ਬੜੇ ਲੰਮੇ ਸਮੇਂ ਬਾਅਦ ਆਏ ਤੇ ਸੋਚਿਆ ਇਹ ਵੀ ਰਵਿਦਾਸ ਨੇ ਸੋਨੇ ਦੀ ਵੱਡੀ ਲੋਹੇ ਦੇ ਲਾ ਲਾ ਕੇ ਤੇ ਬੜਾ ਧਨ ਬਣਾ ਕੇ ਤੇ ਬੜਾ ਮਹਿਲ ਖੜਾ ਕਰ ਲਿਆ ਹੋਊਗਾ, ਜਦੋਂ ਆ ਕੇ ਵੇਖਿਆ ਵੀ ਉਹੀ ਛੰਨ ਹੈ ਤੇ ਉੱਦਾਂ ਹੀ ਜੁੱਤੀਆਂ ਕੱਢ ਰਹੇ ਨੇ। ਕਹਿੰਦੇ ਵੀ ਮੇਰੀ ਉਹ ਪਾਰਸ ਦੀ ਵੱਟੀ ਸੀ ਤੇਰੇ ਕੋਈ ਮਾਨ, ਕਹਿੰਦੇ ਜਿੱਥੇ ਰੱਖੀ ਉੱਥੇ ਹੋਵੇਗੀ। ਕਈ ਵਰਿਆਂ ਬਾਅਦ ਆਏ, ਜਿੱਥੇ ਰੱਖ ਕੇ ਗਏ ਸੀ ਉੱਥੇ ਧੂੜ ਮਿੱਟੀ ਦੇ ਨਾਲ ਭਰੀ ਹੋਈ ਕਾਗਜ਼ ਲਪੇਟੀ ਪਈ ਹੈ, ਉੱਧਰ ਵੇਖਿਆ ਵੀ ਨਹੀਂ ਨਿਗਾਹ ਭਰ ਕੇ।
ਭਾਵੇਂ ਉਹ ਦੱਸ ਕੇ ਵੀ ਗਏ ਵੀ ਇਹਦੇ ਨਾਲ ਲੋਹਾ ਸੋਨਾ ਬਣ ਜਾਂਦਾ ਹੈ, ਵੀ ਮਨ 'ਚ ਲਾਲਚ ਆਵੇ ਵੀ ਚਲੋ ਵੇਖੀਏ ਤਾਂ ਸਹੀ, ਜੇ ਕੋਈ ਰੱਖ ਗਿਆ ਵੀ ਵਰਤੋਂ ਕਰੀਏ ਨਾ। ਮਾਇਆ ਨੂੰ ਪੂਰਨ ਤੌਰ 'ਤੇ ਜਿੱਤਿਆ ਹੈ ਪਰਮੇਸ਼ੁਰ ਦੇ ਪਿਆਰਿਆਂ ਨੇ। ਅਤੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਜੀ ਵੀ ਇੱਥੇ ਕਹਿੰਦੇ ਆ ਵੀ ਜਿਹੜਾ ਤਾਂ ਵਾਹਿਗੁਰੂ ਨੂੰ ਆਪਣਾ ਮਾਲਕ ਬਣਾਉਂਦਾ ਹੈ ਉਹਨੂੰ ਮਾਇਆ ਨਹੀਂ ਛੱਡ ਸਕਦੀ, ਪਰ ਜਿਹੜਾ ਇਹ ਮਾਇਆ ਨੂੰ ਆਪਣੀ ਸਮਝਦਾ ਹੈ ਉਹਨੂੰ ਛੱਡਦੀ ਨਹੀਂ ਹੈ, ਉਹਦਾ ਛੱਡਦੀ ਵੀ ਕੁਝ ਨਹੀਂ ਹੈ। ਉਹਨੂੰ ਨਿਰਲੱਜ ਸੰਸਾਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਕਾਰਾਂ 'ਚ ਪਾ ਕੇ, ਕਾਮ ਕ੍ਰੋਧ ਲੋਭ ਮੋਹ ਘਾਰ 'ਚ ਪਾ ਕੇ ਬੇਪਤ ਕਰਦੀ ਹੈ। ਸੋ ਇਸ ਤਰ੍ਹਾਂ ਕਬੀਰ ਸਾਹਿਬ ਜੀ ਦੇ ਤਾਂ ਆਈ ਤਾਂ ਜਦੋਂ ਫੇਰ ਨਾ ਹੀ ਹੱਡੀ ਵੀ ਨਹੀਂ ਨਹੀਂ ਕਬੀਰ ਤੂੰ ਮੈਨੂੰ ਪ੍ਰਵਾਨ ਕਰ ਲਾ, ਕਮਾਲੇ ਨੂੰ ਕਹਿ ਕੇ ਸ਼੍ਰੀ ਮਗਾਈ ਕਬੀਰ ਸਾਹਿਬ ਜੀ ਨੇ ਤੇ ਉਹ ਇਸਤਰੀ ਬਣ ਕੇ ਆਈ, ਮਾਇਆ ਨੂੰ ਨੱਕ ਤੋਂ ਵੀ ਕੱਟ ਦਿੱਤਾ ਤੇ ਕੰਨ ਵੀ ਉਹਦੇ ਵੜ ਦਿੱਤੇ। ਕਹਿੰਦੇ ਵੀ ਕਾਟ ਕੂਟ ਕੇ ਚੰਗੀ ਤਰ੍ਹਾਂ ਕੱਟ ਕੇ ਤੇ ਫੇਰ ਉਹਨੂੰ ਕੁੱਟਿਆ ਮੂੰਗਲੀ ਮਾਰ ਕੇ ਤੇ ਵਗਾਹ ਕੇ ਉਹ ਮਾਰਿਆ, ਮਾਇਆ ਤੂੰ ਕਿਹੜੇ ਬਾਗ ਦੀ ਮੂਲੀ ਹੈ, ਅਸੀਂ ਰੱਬ ਦੇ ਭਗਤ ਹੈ, ਤੇਰਾ ਸਾਡੇ ਤੇ ਪ੍ਰਭਾਵ ਨਹੀਂ ਪੈ ਸਕਦਾ। ਅਥਵਾ ਅੰਤਰੀ ਭਾਵ ਦੇ ਵਿੱਚ ਵੀ ਕਹਿੰਦੇ ਹਨ ਮਾਇਆ ਜਿਹੜੀ ਹੈ ਇਹ ਜੀਵਾਂ ਨੂੰ ਕਿਵੇਂ ਵੇਸ਼ਵਾਰ ਨੂੰ ਭੋਗ ਕੇ ਵੀ ਛਲ ਲੈਂਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਗਲ ਮਾਹੇ ਨਕਟੀ ਕਾ ਵਾਸਾ, ਇਥੋਂ ਪੜ੍ਹੋ ਆਵੇ ਸਗਲ ਮਾਹੇ ਨਕਟੀ ਕਾ ਵਾਸਾ, ਸਗਲ ਮਾਹੇ ਨਕਟੀ ਕਾ ਵਾਸਾ। ਕਹਿੰਦੇ ਵੀ ਸਗਲ ਸਾਰਿਆਂ ਦੇ ਮਾਹੇ ਵਿੱਚ ਜਿਹੜੀ ਇਹ ਨਕਟੀ ਨਿਰਲੱਜ ਜੋ ਵੇਸ਼ਵਾ ਰੂਪ ਪਰਾਏ ਰੂਪ ਵੇਖਣ ਰੂਪ ਜਿਹੜੀ ਮਾਇਆ ਹੈ ਇਸੇ ਦਾ ਹੀ ਵਾਸਾ ਹੈ। ਸਭ ਵੇਸ਼ਵਾਗਾਮੀ ਜਾਂ ਪਰਾਏ ਰੂਪਾਂ ਨੂੰ ਹੀ ਵੇਖਣਾ ਚਾਹੁੰਦੇ ਹਨ, ਤੇ ਸਾਰਿਆਂ ਜੀਵਾਂ ਨੂੰ ਇਸ ਵੇਸ਼ਵਾ ਰੂਪ ਪਰਾਏ ਰੂਪਾਂ ਦੇ ਵਿੱਚ ਮਾਇਆ ਨੇ ਕਹਿੰਦੇ ਵਿਸ਼ੇ ਭੋਗਣ ਰੂਪੀ ਮਾਰਿਆ ਹੋਇਆ ਹੈ। ਉਹ ਪੁਨਾ ਹੇਰੀ ਵੇਖਦੀ ਹੈ ਵੀ ਕੋਈ ਮੇਰੇ ਵਿਕਾਰਾਂ ਤੋਂ ਮੇਰੇ ਪ੍ਰਭਾਵ ਤੋਂ ਬਚਿਆ ਤਾਂ ਨਹੀਂ, ਕੋਈ ਹੈ ਤਾਂ ਨਹੀਂ ਵੀ ਜਿਹੜਾ ਪਰਾਇਆ ਰੂਪ ਵੇਖਣ ਵੱਲੋਂ ਸੰਕੋਚ ਕਰਦਾ ਹੋਵੇ, ਕੋਈ ਹੈ ਤਾਂ ਨਹੀਂ ਵੀ ਜਿਹੜਾ ਵੇਸ਼ਵਾ ਗਾਮੀ ਹੋਣ ਦੇ ਖਿਆਲਾਂ ਤੋਂ ਬਚਿਆ ਹੋਵੇ। ਤਾਂ ਕਹਿੰਦੇ ਵੀ ਚੰਗੀ ਤਰ੍ਹਾਂ ਵੇਖਦੀ ਹੈ ਵੀ ਜੇ ਕੋਈ ਬਚਿਆ ਇਹ ਤੇ ਉਹਨੂੰ ਵੀ ਮੈਂ ਵੇਸ਼ਵਾ ਨੂੰ ਭੋਗ ਕੇ ਮਾਰ ਲਵਾਂ। ਜਿਹੜੀ ਵੇਸ਼ਵਾ ਰੂਪ ਮਾਇਆ ਹੈ ਕਹਿੰਦੇ ਵੀ ਜਿਹੜੇ ਤਾਂ ਮਾਇਆ ਤੋਂ ਧਨ ਤੋਂ ਜਿਹੜੇ ਸੰਪਦਾ ਤੋਂ ਹੀਣ ਹੋਣ ਉਹਨਾਂ ਸਾਰਿਆਂ ਨੂੰ ਤਾਂ ਕਹਿੰਦੀ ਵੀ ਮੈਂ ਤੁਹਾਡੀ ਭੈਣ ਭਾਣ ਜੀ ਹੋਈ ਹੈ, ਉਹਨਾਂ ਦੀ ਤਾਂ ਭੈਣ ਭਾਣ ਜੀ ਬਣ ਕੇ ਰਹਿੰਦੀ ਹੈ। ਪਰ ਜਿਹਨਾਂ ਨੇ ਬਰੀ ਵਿਆਹਿਆ ਭਾਵ ਜਿਹੜੇ ਸ਼ਾਹੂਕਾਰ ਨੇ ਉਹਨਾਂ ਨੂੰ ਇਹ ਵੇਸ਼ਵਾ ਕਹਿੰਦੀ ਵੀ ਮੈਂ ਤੁਹਾਡੀ ਦਾਸੀ ਹਾਂ ਜੀ, ਮੈਂ ਤੁਹਾਡੀ ਸੇਵਕਾ ਹਾਂ। ਕਬੀਰ ਸਾਹਿਬ ਜੀ ਕਹਿੰਦੇ ਮਾਇਆ ਭਾਵੇਂ ਤੂੰ ਕਿਸੇ ਰੂਪ ਦੇ ਵਿੱਚ ਆ ਜਾ, ਵੇਸ਼ਵਾ ਵੀ ਤਾਂ ਮਰਦ ਨੂੰ ਹੀ ਛੱਲ ਸਕਦੀ ਹੈ ਨਾ, ਔਰਤ ਬਣ ਕੇ ਆਈ ਔਰਤ ਨੂੰ ਨਹੀਂ ਨਾ ਕਹਿੰਦੇ ਵਿਕਾਰਾਂ 'ਚ ਪਾ ਸਕਦੀ। ਕਹਿੰਦੇ ਤੂੰ ਮੈਨੂੰ ਵਿਕਾਰੀ ਨਹੀਂ ਬਣਾ ਸਕਦੀ ਕਿਉਂਕਿ ਮੇਰਾ ਭਰਤਾ ਪਤੀ ਮਾਲਕ ਬੜੋ ਪਵੇ ਕੀ ਕਹਿੰਦੇ ਬੜਾ ਵੱਡਾ ਗਿਆਨਵਾਨ ਹੈ, ਉਹ ਤੇਰਾ ਪ੍ਰਭਾਵ ਮੇਰੇ 'ਤੇ ਨਹੀਂ ਪੈਣ ਦੇਵੇਗਾ। ਆਪੇ ਸੰਤ ਕੋ
ਉਹ ਨਾਨਕ ਵਾਹਿਗੁਰੂ ਆਪ ਹੀ ਕਹਿੰਦੇ ਵੀ ਆਪਣੇ ਆਪ ਨੂੰ ਸੰਤ ਸ਼ਾਂਤ ਰੂਪ ਕਹਾਉਂਦਾ ਹੈ। ਲੋਕ ਜਿੰਨਾ ਮਰਜ਼ੀ ਰੱਬ ਨੂੰ ਮਾੜਾ ਬੋਲੀ ਜਾਣ, ਫਿਰ ਵੀ ਉਹ ਕਹਿੰਦੇ ਵੀ ਕਿਸੇ ਦੇ ਤਾਈ ਨਾਰਾਜ਼ਗੀ ਨਹੀਂ ਕਰਦਾ, ਕਿਸੇ ਦੀ ਗੱਲ ਸੁਣ ਕੇ ਬੜਾ ਸ਼ਾਂਤ ਹੈ। ਇਸ ਕਰਕੇ ਵੇਸ਼ਵਾ ਰੂਪ ਮਾਇਆ ਉਹ ਮਾਲਕ ਪਤੀ ਸਾਡੇ ਪ੍ਰਤੱਖ ਸਿਰ ਦੇ ਉੱਤੇ ਕਾਇਮ, ਮੇਰੇ ਸਿਰ ਦਾ ਸਾਈ ਅੰਤਕਰਨ ਰੂਪੀ ਮੱਥੇ ਤੇ ਕਾਇਮ ਭਾਵ ਹਾਜ਼ਰ ਨਾਜ਼ਰ ਹੈ, ਹਰ ਵੇਲੇ ਮੇਰੇ ਅੰਗ ਸੰਗ ਹੈ। ਕਹਿੰਦੇ ਵੀ ਪਰਾਇਆ ਸਰੂਪ ਹਮਰੇ ਨਿਕਟ ਨਾ ਆਵੇ, ਕਹਿੰਦੇ ਉਹ ਸਾਡੇ ਨੇੜੇ ਨਹੀਂ ਆ ਸਕਦਾ, ਭਾਵ ਅਸੀਂ ਕਿਸੇ ਪਰਾਏ ਸਰੀਰ ਦੀ ਸ਼ੋਭ ਪ੍ਰਾਪਤ ਨਹੀਂ ਕਰਦੇ। ਮਾਇਆ ਨੂੰ ਕਬੀਰ ਸਾਹਿਬ ਕਹਿੰਦੇ ਹੈ, ਮਾਇਆ ਤੈਨੂੰ ਰੱਬ ਦੇ ਪਿਆਰਿਆਂ ਨੇ ਕਹਿੰਦੇ ਨੱਕੋ ਕੰਨੋ ਕੱਟਿਆ ਹੈ, ਜਾਂ ਕਬੀਰ ਸਾਹਿਬ ਨੇ ਇਹਨੂੰ ਨੱਕ ਕੰਨ ਕੱਢੇ ਨੇ, ਕਹਿੰਦੀ ਵੀ ਮੈਂ ਕੋਈ ਇੱਕ ਸਰੀਰ ਥੋੜਾ, ਮੈਂ ਤਾਂ ਸਾਰਿਆਂ ਦੀ ਵਸੀ ਹੋਈ ਹੈ, ਉੱਥੋਂ ਮੈਨੂੰ ਕਿਵੇਂ ਕੱਢੋਗੇ? ਤਾਂ ਕਬੀਰ ਸਾਹਿਬ ਕਹਿੰਦੇ ਨੱਕੋਂ ਕਾਟੀ, ਜਿਹੜਾ ਨੱਕ ਦੇ ਨਾਲ ਵਿਸ਼ੇ ਵਾਸ਼ਨਾ ਨੂੰ ਵਧਾਉਣ ਵਾਲੀਆਂ ਸੁਗੰਧੀਆਂ ਲੈਣ ਵੱਲੋਂ ਜਿਹੜੇ ਰੱਬ ਦੇ ਪਿਆਰੇ ਹੱਡੇ ਨੇ ਉਹਨਾਂ ਨੇ ਤੈਨੂੰ ਨੱਕ ਤੋਂ ਵੀ ਕੱਟਿਆ ਹੋਇਆ ਹੈ ਮਾਇਆ। ਉਹ ਨੱਕ ਦੇ ਰਾਹੀਂ ਹੋਰ ਤਰ੍ਹਾਂ ਦੀਆਂ ਭੈੜੀਆਂ ਵਿਕਾਰਾਂ ਵਾਲੀਆਂ ਸੁਗੰਧੀਆਂ ਨਹੀਂ ਲੈਂਦੇ, ਤੈਨੂੰ ਉਹਨਾਂ ਨੱਕ ਤੋਂ ਕੱਟਿਆ ਹੋਇਆ ਹੈ। ਕੰਨੋ ਕਾਟੀ, ਕੰਨਾਂ ਦੇ ਨਾਲ ਜਿਹੜਾ ਮਹਾਂਪੁਰਖ ਨਿੰਦਾ ਚੁਗਲੀ ਦਾ ਵਿਕਾਰਾਂ ਦਾ ਵਚਨ ਨਹੀਂ ਸੁਣਦੇ, ਇਹ ਮਾਇਆ ਇਹ ਤੈਨੂੰ ਉਹਨਾਂ ਮਹਾਂਪੁਰਖਾਂ ਨੇ ਰੱਬ ਦੇ ਪਿਆਰਿਆਂ ਨੇ ਕੰਨਾਂ ਤੋਂ ਕੱਟਿਆ ਹੋਇਆ ਏ। ਜਿਹੜਾ ਚਮੜੀ ਦੇ ਨਾਲ ਕਿਸੇ ਹੋਰ ਚਮੜੀ ਦੀ ਸਪਰਸ਼ ਸ਼ੋਹ ਨਹੀਂ ਨਾ ਪ੍ਰਾਪਤ ਕਰਨ ਦੀ ਇੱਛਾ ਰੱਖਦੇ, ਵੀ ਹੋਰ ਚਮੜੀ ਸਰੀਰ ਦੇ ਨਾਲ ਸ਼ੋਹ ਪ੍ਰਾਪਤ ਹੋਵੇ, ਇਹ ਉਹਨਾਂ ਨੇ ਤੈਨੂੰ ਕਾਟ ਚਮੜੀ ਦੇ ਨਾਲੋਂ ਕਹਿੰਦੇ ਆਪਣੀ ਤੁਚਾ ਦੇ ਨਾਲੋਂ ਕੱਟਿਆ ਹੋਇਆ ਹੈ। ਅਤੇ ਕੂਟ ਤੇ ਜਿਹੜਾ ਜ਼ਬਾਨ ਦੇ ਨਾਲ ਕੋਈ ਉਹ ਰਸ ਨਹੀਂ ਲੈਣਾ ਚਾਹੁੰਦੇ, ਜ਼ਬਾਨ ਦੇ ਨਾਲ ਕੋਈ ਭੈੜਾ ਲਫ਼ਜ਼ ਨਹੀਂ ਬੋਲਦੇ, ਇਹ ਕਹਿੰਦੇ ਤੈਨੂੰ ਉਹਨਾਂ ਨੇ ਜ਼ਬਾਨ ਦੇ ਨਾਲੋਂ ਵੀ ਕੱਟਿਆ ਹੋਇਆ ਹੈ। ਡਾਰੀ ਅਤੇ ਫਿਰ ਜਿਹੜਾ ਬਿਲਕੁਲ ਹੀ ਮਾਇਆ ਤੇਰਾ ਤਿਆਗ ਕੀਤਾ ਹੈ ਨਾ, ਇਹ ਤੈਨੂੰ ਮਹਾਂਪੁਰਖਾਂ ਨੇ ਬਿਲਕੁਲ ਡਾਰੀ ਸੁੱਟਿਆ ਹੋਇਆ। ਮਹਾਂਪੁਰਖ ਤੋਂ ਭਾਵ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਅਭਿਆਸੀ ਗੁਰਮੁਖ ਹਨ, ਵਿਖਾਵੇ ਦੇ ਵੀ ਮਹਾਂਪੁਰਖ ਬੜੇ ਬਣੇ ਫਿਰਦੇ ਨੇ, ਉਹ ਤਾਂ ਬਗਲੇ ਵਾਂਗ ਸਮਾਧੀ ਲਾਉਂਦੇ ਹੀ ਡੱਡੀ ਮੱਛੀ ਖਾਣ ਨੂੰ ਹਨ, ਬਹੁਤੇ ਐਸੇ ਵੀ ਨੇ ਉਹ ਕਹਿੰਦੇ ਅਸੀਂ ਹੱਥ ਨਹੀਂ ਲਾਉਂਦੇ ਤੇ ਨਿਕਲ ਸਾਰੀ ਹੋਈ ਜਾਂਦੇ ਹਨ। ਇੱਥੇ ਕਬੀਰ ਸਾਹਿਬ ਜੀ ਰੱਬ ਦੇ ਪਿਆਰੇ ਸੰਤਾਂ ਦਾ ਜ਼ਿਕਰ ਕਰਦੇ ਨੇ, ਮਾਇਆ ਉਹਨਾਂ ਨੇ ਤੈਨੂੰ ਇਹ ਕੱਟਿਆ ਹੈ, ਨੱਕ ਤੋਂ ਕੱਟ ਤਾ ਤੇਰੀ ਸੁਗੰਧੀ ਨਹੀਂ ਲੈਂਦੇ, ਅੱਖਾਂ ਤੋਂ ਕੱਟ ਦਿੱਤਾ, ਉਹਨਾਂ ਨੇ ਤੇਰੇ ਪਰਾਏ ਰੂਪ ਨਹੀਂ ਵੇਖਦੇ, ਤੈਨੂੰ ਜ਼ਬਾਨ ਤੋਂ ਵੀ ਉਹਨਾਂ ਕੱਟ ਦਿੱਤਾ, ਤੇਰੇ ਕੰਨਾਂ ਤੋਂ ਵੀ ਕੱਟ ਦਿੱਤਾ, ਇਵੇਂ ਸਾਰੇ ਇੰਦਰੀਆਂ ਦੇ ਉੱਤੇ ਜਿਹੜਾ ਕਾਬੂ ਪਾਇਆ ਹੈ ਨਾ, ਇਹ ਮਨੋ ਵੀ ਤੈਨੂੰ ਨੱਕ ਤੋਂ ਕੱਟ ਵੱਢ ਕੇ ਤੇ ਸੁੱਟ ਕੇ ਵਗਾ ਕੇ ਮਾਰਿਆ ਹੈ। ਕਬੀਰ ਸੰਤਨ ਕੀ ਬੈਰ, ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਮਾਇਆ ਤੋਂ ਸੰਤਾਂ ਦੀ ਬੈਰ ਨਾ ਹੈ, ਆਪ ਤੋਂ ਚਾਹੁੰਦੀ ਹੈ ਵੀ ਜਿਹੜੇ ਰੱਬ ਦੇ ਪਿਆਰੇ ਸੰਤ ਨੇ ਇਹਨਾਂ ਦਾ ਮੈਂ ਸੰਤਪੁਣਾ ਨਾ ਰਹਿਣ ਦਵਾਂ, ਇਸ ਕਰਕੇ ਤੈਨੂੰ
ਇਹ ਸੰਤ ਆਪਣੇ ਨੇੜੇ ਨਹੀਂ ਲੱਗਣ ਦਿੰਦੇ, ਉਹਨਾਂ ਦੇ ਨਾਲ ਤੂੰ ਦੁਸ਼ਮਣੀ ਕਰਦੀ ਹੈ। ਬਾਕੀ ਤਿੰਨਾਂ ਲੋਕਾਂ ਦੀ ਹੀ ਪਿਆਰੀ ਹੈ, ਤਿੰਨੇ ਲੋਕਾਂ ਦੇ ਜੀਵ ਹੀ ਤੇਰੇ ਨਾਲ ਪਿਆਰ ਕਰਦੇ ਹੈ। ਬੱਚੇ ਨੂੰ ਫੜਾ ਦੇ ਰੁਪਈਏ, ਉਹ ਵੀ ਆਪਣੀ ਮੁੱਠ ਨਹੀਂ ਖੋਲਦਾ, ਕਹਿੰਦਾ ਮੇਰੇ ਹੈ। ਛੋਟਾ ਜਿਹਾ ਬੱਚਾ ਉਹਨੂੰ ਕੀ ਪਤਾ ਹੈ, ਪਰ ਉਹਦੇ ਹੱਥ ਵਿੱਚ ਪੈਸੇ ਆ ਜਾਣ ਫਿਰ ਛੱਡਦਾ ਨਹੀਂ ਹੈ, ਇੰਨਾ ਪਿਆਰ ਹੈ। ਸਭ ਤਿੰਨਾਂ ਲੋਕਾਂ ਦੇ ਜੀਵ ਮਾਇਆ ਨਾਲ ਹੀ ਪਿਆਰ ਕਰਦੇ ਨੇ, ਤੇ ਇੱਕ ਰੱਬ ਦੇ ਪਿਆਰੇ ਸੰਤ ਬਜੇ ਨੇ, ਉਹਨਾਂ ਦੀ ਮਾਇਆ ਵੈਰਨ ਹੈ। ਉਹ ਉਹਨਾਂ ਨੂੰ ਉਹ ਆਪਣੀ ਵੈਰਨ ਸਮਝ ਕੇ ਵੀ ਇਹ ਸਾਨੂੰ ਸਾਡੇ ਇਕਲਾਕ ਤੋਂ ਸਾਡੇ ਜੀਵਨ ਤੋਂ ਡੇਗੇਗੀ, ਇਸ ਕਰਕੇ ਮਾਇਆ ਨੂੰ ਨੇੜੇ ਨਹੀਂ ਲੱਗਣ ਦਿੰਦੇ। ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਦਾਂ ਹੀ ਮਾਇਆ ਇਸਤਰੀ ਦਾ ਰੂਪ ਬਣਾ ਕੇ ਆਈ ਤੇ ਨਰਾਦਰੀ ਕਰਕੇ ਇਹਨੂੰ ਭੇਜਿਆ। ਇਹਦਾ ਭਾਵ ਇਹ ਸੀ ਵੀ ਅਸੀਂ ਮਾਇਆ ਵਾਸਤੇ ਨਹੀਂ, ਮਾਇਆ ਦੇ ਪ੍ਰੇਮੀ ਨਹੀਂ ਆ। ਕੱਲੇ ਕਬੀਰ ਸਾਹਿਬ ਨਹੀਂ, ਕਬੀਰ ਸਾਹਿਬ ਦਾ ਸਾਰਾ ਪਰਿਵਾਰ ਹੀ ਗੁਰਮੁਖ ਬਣ ਗਿਆ ਸੀ। ਜੇ ਕਬੀਰ ਸਾਹਿਬ ਇੱਕ ਰਾਹ ਤੁਰੇ ਜਾਣ ਤੇ ਰਾਹ ਦੇ ਵਿੱਚ ਸੋਨਾ ਪਿਆ ਦੇ ਕਬੀਰ ਸਾਹਿਬ ਦੇ ਮਨ ਵਿੱਚ ਆਇਆ, ਉਹਨਾਂ ਨੇ ਉਸ ਸੋਨੇ ਦੇ ਉੱਤੇ ਮਿੱਟੀ ਪਾ ਤੀ ਤਾਂ ਮਾਈ ਲੋਈ ਕਹਿਣ ਲੱਗੀ, ਸਵਾਮੀ ਜੀ ਹਜੇ ਜ਼ਿਕਰ ਵੀ ਕਹਿੰਦੇ ਵੀ ਤੁਹਾਨੂੰ ਇਹ ਸੋਨਾ ਲੱਗਦਾ ਹੈ, ਮਿੱਟੀ ਤੇ ਮਿੱਟੀ ਪਾਉਣ ਦਾ ਕੀ ਫਾਇਦਾ। ਉਹ ਵੀ ਮਿੱਟੀ ਸੀ। ਕਬੀਰ ਸਾਹਿਬ ਬੜੇ ਖੁਸ਼ ਹੋਏ, ਕਹਿੰਦੇ ਅਸੀਂ ਤਾਂ ਸੋਚਿਆ ਸੀ ਵੀ ਕਿਤੇ ਕਮਾਲਾ ਦੇ ਕਮਾਲੀਏ ਜਾਂ ਇਹ ਲੋਹੀ ਮਾਈਆਂ ਨੂੰ ਸੋਨੇ ਨਾਲ ਬੜਾ ਪਿਆਰ ਹੁੰਦਾ, ਤੂੰ ਵੇਖ ਕੇ ਕਦੇ ਇਹ ਨਾ ਆਖੇ ਵੀ ਆਹ ਸੋਨਾ ਲੈ ਜਾਈਏ। ਅਸੀਂ ਤਾਂ ਸੋਚਿਆ ਸੀ ਕਿਤੇ ਡੋਲ ਨਾ ਜਾਏ, ਪਰ ਧੰਨ ਹੈ ਤੂੰ ਜਿਹੜਾ ਕਹਿੰਦੀ ਹੈ ਸਵਾਮੀ ਜੀ, ਮਿੱਟੀ ਦੇ ਮਿੱਟੀ ਪਾਉਣ ਦਾ ਕੀ ਫਾਇਦਾ। ਇਸ ਤਰ੍ਹਾਂ ਉਹਨਾਂ ਨੇ ਆਪਣੇ ਮਨ ਦੇ ਵਿੱਚ ਮਾਇਆ ਦਾ ਬਿਲਕੁਲ ਪ੍ਰਭਾਵ ਖਤਮ ਕੀਤਾ ਹੋਇਆ ਸੀ। ਭਗਤ ਕਬੀਰ ਸਾਹਿਬ ਮਹਾਰਾਜ ਨੇ ਉਹਨਾਂ ਦੇ ਘਰੋਂ ਮਾਈ ਲੋਈ ਨੇ, ਪੁੱਤਰ ਨੇ, ਧੀ ਨੇ, ਸਾਰੇ ਨਿਹਾਲ ਹੋਏ ਸਨ। ਉਂਝ ਸੰਸਾਰ ਦੇ ਭਲੇ ਵਾਸਤੇ, ਉਹਨਾਂ ਦੇ ਜੀਵਨ ਦੇ ਕਈ ਜੀਵ ਸਾਖੀਆਂ ਕੌਤਕਾਂ ਵਾਸਤੇ ਆਉਂਦੀਆਂ ਨੇ, ਪਰ ਪੂਰਨ ਰੂਪ ਦੇ ਭਗਤ ਕਬੀਰ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ ਸਨ, ਪਰਿਵਾਰ ਦੇ ਬੱਚਿਆਂ ਦੇ ਸਮੇਤ। ਸੋ ਸਤਿਗੁਰ ਮਹਾਰਾਜ ਸਾਹਿਬ ਜੀ ਨੇ ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਬਚਨ ਇੱਥੇ ਸੁਭਾਏ ਮਾਨ ਕਰਕੇ ਸਾਨੂੰ ਇਹੀ ਜਣਾਇਆ ਵੀ ਸਭ ਦੇ ਅੰਦਰ ਮਾਇਆ ਵਸਦੀ ਹੈ, ਬਸ ਜਿਹੜੇ ਰੱਬ ਦੇ ਭਗਤ ਹਨ ਉਹ ਮਾਇਆ ਨੂੰ ਆਪਣੇ ਪੈਰਾਂ ਹੇਠਾਂ ਰੱਖਦੇ ਨੇ, ਬਾਕੀ ਸਾਰੇ ਜਗਤ ਦੇ ਲੋਕ ਜਿਹੜੇ ਹਨ ਮਾਇਆ ਇਹਨਾਂ ਦੇ ਸਿਰ ਤੇ ਚੜੀ ਹੈ। ਜੇ ਜੁੱਤੀ ਹੁੰਦੀ ਤੇ ਪੈਰਾਂ 'ਚ ਪਾਉਣ ਵਾਸਤੇ, ਅਜੇ ਕੋਈ ਸਿਰ ਤੇ ਚੁੱਕੇ ਤੇ ਕੋਈ ਚੰਗਾ ਨਹੀਂ ਨਾ ਮੰਨੇਗਾ। ਇਹੀ ਮਾਇਆ ਹੈ, ਮਾਇਆ ਹੈ ਤਾਂ ਪੈਰਾਂ ਦੀ ਜੁੱਤੀ ਦੀ ਨਹੀਂ ਆਈ, ਕੇਵਲ ਵਰਤਣ ਵਾਸਤੇ। ਪਰ ਜਦੋਂ ਇਹਨੂੰ ਸਿਰ ਦੇ ਉੱਤੇ ਚੜਾਉਂਦਾ ਹੈ ਜੀਵ, ਤਾਂ ਇਹ ਫਿਰ ਜੀਵਨ ਗਰਕ ਕਰਕੇ ਰੱਖਦੀ ਹੈ। ਹੈ ਬੜੀ ਡਾਢੀ ਹੈ, ਇਹ ਤੋਂ ਬਚਿਆ ਜਾਵੇ ਉਹ ਮਹਾਰਾਜ ਕਿਰਪਾ ਕਰਨ ਤਾਂ ਹੀ ਸੰਭਵ ਹੈ। ਤੇ ਬਚਣ ਦਾ ਇਹੀ ਢੰਗ ਹੈ ਵੀ ਉੱਠਦਿਆਂ ਬਹਿੰਦਿਆਂ ਜਪਦੇ ਰਹੀਏ ਵਾਹਿਗੁਰੂ 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 ਵਾਹਿ
ਵਾਹਿਗੁਰੂ ਜੀ ਕੀ ਫਤਿਹ।